ਲੱਖਾਂ ਦੀ ਫੌਜ 7-8 ਮਹੀਨਿਆਂ ਤੋਂ ਸ੍ਰੀ ਅਨੰਦਪੁਰ ਸਾਹਿਬ ਦੇ ਬਾਹਰ ਤਿਆਰ ਖੜ੍ਹੀ ਸੀ। ਰਾਸ਼ਨ ਵਾਸਤੇ ਸ਼ਹੀਦੀਆਂ ਹੋਈਆਂ ਸੀ। ਕੁਝ ਸਮੇਂ ਬਾਅਦ ਫਿਰ ਸਾਡੇ ਤੋਂ ਭੁੱਖ ਨਾ ਜਰੀ ਜਾਂਦੀ ਸੀ। ਕੁਝ ਤਾਂ ਸਿਰਫ ਜਾਣ ਲਈ ਕਹਿ ਰਹੇ ਸੀ, ਕੁਝ ਤਾਂ ਚੱਲ ਵੀ ਗਏ ਸੀ। ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸੀ ਕਿ ਘੇਰਾ ਚੱਕਿਆ ਜਾਣਾ ਆ, 20 ਦਿਨ ਰੁਕ ਜਾ। 19, 16 ਤਿੰਨ ਦਿਨ ਹੀ ਰੁਕ ਜਾ। ਸਾਨੂੰ ਨਹੀਂ ਪਤਾ ਸੀ ਕਿ ਕਿਹੋ ਜਿਹਾ ਸਮਾਂ ਆਉਣਾ ਸੀ। ਝੂਠੀਆਂ ਕਸਮਾਂ ਕੁਰਾਨ ਅਤੇ ਗੀਤਾਂ 'ਤੇ ਚੱਕੀਆਂ ਗਈਆਂ। 6 ਪੋਹ ਦੀ ਰਾਤ ਸੀ। ਗੁਰੂ ਗੋਬਿੰਦ ਸਿੰਘ ਜੀ ਆਪਦੇ ਪੂਰੇ ਪਰਿਵਾਰ ਨਾਲ ਸ੍ਰੀ ਅਨੰਦਪੁਰ ਸਾਹਿਬ ਛੱਡ ਰਹੇ ਸੀ। ਕਰ ਲਓ ਜੰਗਾਂ ਯੁੱਧਾਂ ਦੀ ਤਿਆਰੀ ਆਪਦੇ ਖਾਲਸੇ ਨੂੰ ਕਹਿ ਰਹੇ ਸੀ। ਕਲਮ ਕਹਿੰਦੀ ਆ, ਝੂਠੀਆਂ ਕਸਮਾਂ ਅੱਜ ਵੀ ਸੁੰਦਰ ਗੁੱਟ ਕੇ ਅਤੇ ਚੱਕੀਆਂ ਜਾਂਦੀਆਂ ਨੇ। ਬਚ ਕੇ ਕਿਤੇ ਧਰਮ ਨੂੰ ਅੱਗੇ ਰੱਖ ਕੇ ਫੇਰ ਤਾਂ ਨਹੀਂ ਇਹ ਹਮਲਾ ਕਰ ਰਹੇ ਨੇ?